ਤੇਰਵਾ ਲਾ ਕੇ ਤੇਰਵਾ ਇਹ ਸਭ ਉਹਨਾਂ ਦਾ ਤੇਰਵਾ ਤੇਰਵਾ ਪੰਜ ਦੋਸਤਾਂ ਦੀ ਮੌਤ ਦੀ ਲਾਈਵ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਇੱਕ ਕਰਕੇ ਇਹ ਪੰਜ ਦੋਸਤ ਇਸ ਤੇਜ਼ ਵਹਾਅ ਪਾਣੀ ਦੇ ਵਿੱਚ ਡੁੱਬ ਗਏ ਅਤੇ ਪੰਜਾਂ ਦੀ ਜਾਨ ਚਲੀ ਗਈ। ਵੀਡੀਓ ਹੈ ਜਿੱਥੇ ਇੱਕ ਇੱਕ ਕਰਕੇ ਪੰਜ ਦੋਸਤ ਇਸ ਪਾਣੀ 'ਚ ਡਿੱਗਦੇ ਨੇ, ਜੋ ਕਿ ਇੱਥੇ ਓਵਰਫਲੋ ਹੋਏ ਬੰਨ ਨੂੰ ਦੇਖਣ ਦੇ ਲਈ ਪਹੁੰਚੇ ਸਨ ਅਤੇ ਪੈਰ ਫਿਸਲਣ ਦੇ ਨਾਲ ਇੱਕ ਇੱਕ ਕਰਕੇ ਇਸ ਪਾਣੀ ਦੇ ਵਿੱਚ ਡਿੱਗ ਗਏ। ਇਹ 6 ਦੋਸਤ ਸਨ ਜਿਨ੍ਹਾਂ ਦੇ ਵਿੱਚੋਂ 5 ਡੁੱਬ ਗਏ, ਜਦਕਿ 1 ਬਾਹਰ ਨਿਕਲ ਆਇਆ। ਤਸਵੀਰਾਂ ਦੇ ਵਿੱਚ ਦੇਖੋ ਕਿ ਇਸ ਬੰਨ ਦੇ ਉੱਤੇ ਜਿੱਥੇ ਪਾਣੀ ਓਵਰਫਲੋ ਹੋ ਕੇ ਵਹਿ ਰਿਹਾ ਹੈ, ਤਾਂ ਇੱਥੋਂ ਪੈਰ ਫਿਸਲਣ ਦੇ ਨਾਲ ਇੱਕ ਇੱਕ ਕਰਕੇ ਇਹ ਮੁੰਡੇ ਇਸ ਪਾਣੀ ਦੇ ਵਿੱਚ ਡਿੱਗਦੇ ਨੇ। ਪਹਿਲਾਂ 2 ਮੁੰਡੇ ਪਾਣੀ 'ਚ ਡਿੱਗਦੇ ਨੇ, ਜਿਨ੍ਹਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ 2 ਦੋਸਤ ਵੀ ਪਾਣੀ 'ਚ ਉਤਰਦੇ ਨੇ, ਜੋ ਉਹਨਾਂ ਨੂੰ ਬਚਾਉਣ ਜਾਂਦੇ ਨੇ ਪਰ ਖੁਦ ਵੀ ਇਸੇ ਤੇਜ਼ ਵਹਾਅ ਦੇ ਵਿੱਚ ਫਸ ਜਾਂਦੇ ਨੇ। ਤੈਰਦੇ ਹੋਏ ਆਪਣੇ ਦੋਸਤਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰਦੇ ਨੇ ਪਰ ਇਹ ਨਾਕਾਮ ਰਹਿੰਦੇ ਨੇ। 2 ਦੋਸਤ ਜੋ ਕਿ ਇੱਥੇ ਬੰਨ ਤੇ ਕਿਨਾਰੇ ਤੇ ਲੱਗੇ ਹੋਏ ਦਰਖਤਾਂ ਦੇ ਨਾਲ ਝਾੜ ਦੇ ਨਾਲ ਸਹਾਰਾ ਲੈ ਕੇ ਖੜੇ ਨੇ, ਉਹਨਾਂ ਦੇ ਵਿੱਚੋਂ ਵੀ 1 ਦਾ ਪੈਰ ਫਿਸਲਣ ਦੇ ਨਾਲ ਉਹ ਵੀ ਇਸ ਪਾਣੀ 'ਚ ਡਿੱਗ ਗਿਆ ਤੇ ਡੁੱਬ ਗਿਆ, ਜਦਕਿ 6ਵਾਂ ਦੋਸਤ ਬਚ ਗਿਆ ਤੇ ਉਹਨੂੰ ਬਾਹਰ ਕੱਢ ਲਿਆ ਗਿਆ। 5 ਦੀਆਂ ਲਾਸ਼ਾਂ ਰਾਤ ਭਰ ਚੱਲੇ ਰੈਸਕਿਊ ਆਪਰੇਸ਼ਨ ਤੋਂ ਬਾਅਦ ਬਾਹਰ ਕੱਢੀਆਂ ਗਈਆਂ ਨੇ। ਵੀਡੀਓ ਜੈਪੁਰ ਦੀ ਹੈ। ਜੈਪੁਰ ਦੇ ਕਨੋਤਾ ਬੰਨ ਤੇ ਇਹ 6 ਦੋਸਤ ਗਏ ਸਨ ਜੋ ਪਾਣੀ ਦਾ ਵਹਾਅ ਦੇਖ ਰਹੇ ਸਨ ਤੇ ਇਸੇ ਵਿਚਾਲੇ ਇਹਨਾਂ ਦਾ ਪੈਰ ਫਿਸਲ ਗਿਆ। 5 ਦੋਸਤ ਇੱਕ ਇੱਕ ਕਰਕੇ ਪਾਣੀ ਦੇ ਵਿੱਚ ਡਿੱਗ ਗਏ ਤੇ ਡੁੱਬ ਗਏ, ਜਦਕਿ 6ਵਾਂ ਦੋਸਤ ਸਹੀ ਸਲਾਮਤ ਬਾਹਰ ਨਿਕਲ ਆਇਆ। ਪਰਿਵਾਰਾਂ ਦੇ ਵਿੱਚ ਮਾਤਮ ਪਸਰਿਆ ਹੋਇਆ ਤੇ ਰਾਤ ਭਰ ਰੈਸਕਿਊ ਆਪਰੇਸ਼ਨ ਚਲਾਉਣ ਤੋਂ ਬਾਅਦ 5 ਦੋਸਤਾਂ ਦੀਆਂ ਲਾਸ਼ਾਂ ਬਾਹਰ ਕੱਢ ਲਈਆਂ ਗਈਆਂ ਨੇ। ਇੱਥੇ ਵੀ ਦੱਸ ਦਈਏ ਕਿ ਜਿਸ ਦੌਰਾਨ ਇਹ ਹਾਦਸਾ ਹੋਇਆ, ਇਹ 5 ਦੋਸਤ ਡੁੱਬ ਰਹੇ ਸਨ ਤਾਂ ਆਸ ਪਾਸ ਲੋਕ ਵੀ ਮੌਜੂਦ ਸਨ, ਪਰ ਕਿਸੇ ਦੇ ਵੱਲੋਂ ਵੀ ਕੋਈ ਵੀ ਮਦਦ ਨਹੀਂ ਕੀਤੀ ਗਈ, ਬਲਕਿ ਇਹਨਾਂ ਡੁੱਬਦੇ ਹੋਏ ਮੁੰਡਿਆਂ ਦੀ ਵੀਡੀਓ ਜ਼ਰੂਰ ਬਣਾਈ ਗਈ। ਜੇ ਉਸੇ ਦੌਰਾਨ ਹੀ ਕਿਸੇ ਨੂੰ ਬੁਲਾ ਲਿਆ ਜਾਂਦਾ, ਮਦਦ ਮਿਲ ਜਾਂਦੀ, ਤਾਂ ਸ਼ਾਇਦ ਇਹ ਦੋਸਤ ਬਚ ਵੀ ਜਾਂਦੇ ਜੋ ਪਾਣੀ ਦੇ ਵਿੱਚ ਡੁੱਬ ਗਏ। ਹਾਲਾਂਕਿ ਇਹਨਾਂ ਦੇ ਵੱਲੋਂ ਕਾਫੀ ਦੇਰ ਤੱਕ ਜੱਦੋ ਜਹਿਦ ਕੀਤੀ ਗਈ, ਤੈਰਨ ਦੀ ਕੋਸ਼ਿਸ਼ ਕੀਤੀ ਗਈ, ਬਾਹਰ ਨਿਕਲਣ ਦੀ ਵੀ ਇਹ ਕੋਸ਼ਿਸ਼ ਕਰਦੇ ਰਹੇ, ਪਰ ਸਾਰੇ ਹੀ ਨਾਕਾਮ ਰਹੇ। ਸਿਰਫ 1 ਦੋਸਤ ਹੀ ਸੀ ਜੋ ਇਸ ਪਾਣੀ ਦੇ ਵਿੱਚੋਂ ਬਾਹਰ ਨਿਕਲ ਸਕਿਆ ਹੈ, ਜਦਕਿ 5 ਦੋਸਤ ਇਸੇ ਤੇਜ਼ ਵਹਾਅ ਦੇ ਪਾਣੀ ਵਿੱਚ ਡੁੱਬ ਗਏ। ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਧਰ ਹੀ ਰਾਤ ਭਰ ਰੈਸਕਿਊ ਆਪਰੇਸ਼ਨ ਚਲਾਉਣ ਤੋਂ ਬਾਅਦ 5 ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ ਨੇ ਤੇ ਪੋਸਟਮਾਰਟਮ ਤੋਂ ਬਾਅਦ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ। ਸੋ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ 5 ਮੁੰਡਿਆਂ ਦੀ ਜਾਨ ਚਲੀ ਗਈ ਹੈ ਤੇ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲੇ ਦੱਸ ਦਈਏ ਕਿ ਜੈਪੁਰ ਦੇ ਵਿੱਚ ਹੀ ਓਵਰਫਲੋ ਹੋਏ ਬੰਨ ਨੂੰ ਦੇਖਣ ਕਾਫੀ ਲੋਕ ਪਹੁੰਚੇ ਸਨ। ਹਾਦਸਾ ਇੱਥੇ ਵੀ ਵਾਪਰ ਸਕਦਾ ਸੀ ਤਾਂ ਕਈ ਲੋਕ ਜਿਨ੍ਹਾਂ ਦਾ ਪੈਰ ਫਿਸਲਿਆ ਇਸ ਪਾਣੀ ਦੇ ਵਿੱਚ ਡਿੱਗੇ ਵੀ, ਪਰ ਇਹ 6 ਦੋਸਤ ਜੋ ਬਾਅਦ ਦੇ ਵਿੱਚ ਗਏ ਸਨ ਤਾਂ ਉੱਥੇ ਜ਼ਿਆਦਾ ਲੋਕ ਮੌਜੂਦ ਨਹੀਂ ਸਨ, ਪਰ ਜਿੰਨੇ ਵੀ ਲੋਕ ਉੱਥੇ ਖੜ੍ਹੇ ਸਨ ਸਿਰਫ ਇਹਨਾਂ ਨੂੰ ਡੁੱਬਦਿਆਂ ਦੇਖਦੇ ਰਹੇ ਆ। ਕਿਸੇ ਵੱਲੋਂ ਵੀ ਮਦਦ ਨਹੀਂ ਕੀਤੀ ਗਈ, ਬਲਕਿ ਇਹਨਾਂ ਦੀ ਵੀਡੀਓ ਬਣਾਈ ਗਈ ਜੋ ਕਿ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ। ਤੇਰਵਾ ਜਾਂ ਨਹੀਂ ਇਹ ਲੈ ਲੈ।
ਉੱਚੇ ਖਤਰਾ ਚ ਹੋ ਗਏ ਯਾਰ ਬੱਚਾ ਬਦਲੀ ਭਾਈ ਆਏ ਸੀ ਵਾਪੀ ਦੋ ਕਈ ਬੇਟੀ ਚੋ ਵਾਪੀ ਦੋ ਕਈ ਪੂਰੇ ਤੇਰੀ ਦੋਨੋ ਡੂਬ ਗਿਆ ਭਾਈ ਚੋ ਭਾਈ ਤੁਸੀਂ ਕਹੀਂ ਜਾ ਕੇ ਤੇਰ ਚੁੱਕਾ ਤੇ ਮਰਦਾ ਕੰਮ ਕਰਦੇ ਸੀ ਵੀ ਹਮ ਖੇਤ ਨੂੰ ਦੇਖੇ ਮੈਂ ਤਾਂ ਇੱਕ ਸੋਨੀ ਦੇਵ ਖਤਰੀ ਜਲਦੀ ਇੱਕ ਨਹੀਂ ਦੇ ਰਹੇ ਜੀ ਉਹ ਇੱਕ ਨਹੀਂ ਦੇ ਆਏ ਉਹਦੇ ਦੋ ਸੌ ਇੱਕ ਖਾ ਲਿਓ ਇੱਕ ਖਾ ਲਿਓ ਅਰੇ ਇੱਕ ਹੁੰਦੇ ਚਾਹ ਗਏ ਇੱਕ ਨੇ ਆ ਗਏ ਲੇ ਬੱਲੇ ਜਲਦੀ ਦੱਸੋ ਆ ਖੂਨ ਖੂਨ ਲਗੇ ਸਾਰਾ ਬੰਦ ਵੀ ਦੱਸ ਰਿਹਾ ਤੁਮ ਅਬੇ ਇਹ ਕਿਤੇ ਦੋ ਕੋਟ ਹੈ ਦੋ ਚ ਦੋ ਨੰਬਰ ਆਏ ਹੋ ਤੇਰਵਾ ਲਾ ਤੇਰਵਾ ਇਹ ਸਭ ਤੇਰਵਾ